ہم سنتن سیوں بن آئی ہم سنتن سیوں بن آئی پورب لکھیا پائی اے من تیرا بھائی پورب لکھیا پائی من تیرا پائی پورب لکھیا پائی اے من تیرا پائی پورب لکھیا پائی اے من تیرا پائی سنتن سیوں بن آئی ہم سنتن سیوں بن آئی ہم سنتن کی رین پیارے ہم سنتن کی سرنا ہم سنتن کی رین پیارے ہم سنتن کی سرنا ہم سنتن کی سرنا ہم سنتن کی سرنا سنت ہماری اوٹ سکانی سنت ہمارا گہنا سنت ہمارا گہنا ہم سنتن سیوں بن آئی ہم سنتن سیوں بن آئی سنتن سیوں میری لیوا دیوی سنتن سیوں بیوہارا سنتن سیوں میری لیوا دیوی سنتن سیوں بیوہارا سنتن سیوں ہم لاہ کھاٹیاں ہر پگ پرے پنڈارا ہر بھگت پرے پنڈارا ہم سنتن سیوں بن آئی ہم سنتن سیوں بن آئی پورب لکھیا پائی اے من تیرا پائی پورب لکھیا پائی اے من تیرا پائی لکھیا پائی اے من تیرا پائی پورب لکھیا پائی اے من تیرا پائی ہم سنتن سیوں بن آئی ہم سنتن سیوں بن آئی
संतन मोका पूजी सौंपी तऊ तेरे मन का धोखा तेरे मन का धोखा उतरे मन का धोखा संतन मोका पूजी सौंपी तऊ तेरे मन का धोखा तेरे मन का धोखा धर्म राय अब कहाँ करे गो जो फाट्यो सगलो लेखा फाट्यो सगलो लेखा जो फाट्यो सगलो लेखा जो फाट्यो सगलो लेखा हम संतन सो बड़े आई बड़े आई बड़े आई हम संतन सो बड़े आई बड़े आई बड़े आई पूरब लिखिया पाई ते मन तेरा पाई पूरब लिखिया पाई ते मन तेरा पाई लिखिया पाई ए मन तेरा पाई पूरब लिखिया पाई ए मन तेरा पाई हम संतन सो बड़े आई बड़े आई बड़े आई हम संतन सो बड़े आई बड़े आई बड़े आई महा आनंद पे सुख पाया संतन के परसादे आनंद पे सुख पाया संतन के परसादे संतन के परसादे संतन के परसादे कहो नानक हर सो मन मनिया रंग रते बिस्मादे रंग रते बिस्मादे ते बिस्मादे हम संतन सो बड़े आई बड़े आई बड़े आई हम संतन सो बड़े आई बड़े आई बड़े आई पूरब लिखिया पाई ए मन तेरा पाई पूरब लिखिया पाई ते मन तेरा पाई पूरब लिखिया पाई ते मन तेरा पाई पूरब लिखिया पाई ते मन तेरा पाई संतन सो बड़े आई बड़े आई बड़े आई हम संतन सो बड़े आई बड़े आई बड़े आई हम संतन सो बड़े आई हम संतन सो बड़े आई पूरब लिखिया पाई ए मन तेरा पाई जानी संत की मित्राई क
ਕਰ ਕਿਰਪਾ ਦੀਨੋ ਹਰ ਨਾਮਾ ਪੁਰਬ ਸੰਜੋਗ ਮਿਲਾਈ ਹਮ ਸੰਤਨ ਸੋ ਬਣ ਆਈ ਸੰਤਨ ਬਿਨ ਅਵਰ ਨ ਦਾਤਾ ਬੀਆ ਸੰਤਨ ਬਿਨ ਅਵਰ ਨ ਦਾਤਾ ਪੀਆ ਜੋ ਜੋ ਸਰਨ ਪਰੈ ਸਾਧੂ ਕੀ ਸੋ ਪਾਰ ਗਰਾਮੀ ਕੀਆ ਹਮ ਸੰਤਨ ਸੋ ਬਣ ਆਈ ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਧਿਆਇਆ ਸਰਬ ਕੁਸਲ ਤਬ ਥੀਆ ਹਮ ਸੰਤਨ ਸਿਓ ਬਣ ਆਈ ਪੂਰਬ ਲਿਖਿਆ ਪਾਈ ਇਹ ਮਨ ਤੇਰਾ ਪਾਈ ਮੇਰਾ ਮਨ ਸਾਧ ਜਨਾ ਮਿਲ ਹਰਿਆ ਮੇਰਾ ਮਨ ਸਾਧ ਜਨਾ ਮਿਲ ਹਰਿਆ ਹਉ ਬਲ 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 ਸਾਧ ਜਨਾ ਕੋ ਮਿਲ ਸੰਗਤ ਪਾਰ ਉਤਰਿਆ ਹਮ ਸੰਤਨ ਸਿਓ ਬਣ ਆਈ ਪੂਰਬ ਲਿਖਿਆ ਪਾਈ ਏ ਮਨ ਤੇਰਾ ਪਾਈ ਏ ਮਨ ਤੇਰਾ ਪਾਈ ਹਮ ਸੰਤਨ ਸਿਓ ਬਣ ਆਈ ਬਣ ਆਈ ਬਣ ਆਈ ਹਮ ਸੰਤਨ ਸਿਓ ਬਣ ਆਈ ਬਣ ਆਈ ਬਣ ਆਈ ਪੂਰਬ ਲਿਖਿਆ ਪਾਈ ਏ ਮਨ ਤੇਰਾ ਪਾਈ 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 ਸੰਤਨ ਸੋ ਬਣ ਆਈ ਬਣ ਆਈ ਬਣ ਆਈ ਹਮ ਸੰਤਨ ਸੋ ਬਣ ਆਈ ਬਣ ਆਈ ਬਣ ਆਈ ਸਤਨਾਮ ਵਾਹਿਗੁਰੂ 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 ਸੰਤਨ ਸਿਓ ਬਣ ਆਈ ਬਣ ਆਈ ਬਣ ਆਈ ਹਮ ਸੰਤਨ ਸਿਓ ਬਣ ਆਈ ਜਿਨ੍ਹਾਂ ਦੀ ਬਈ ਰਿਸ਼ਤੇਦਾਰੀ ਪੈ ਜਾਵੇ ਸੰਤਨ ਸਿਓ ਬਣ ਆਈ ਪੂਰਬ ਲਿਖਿਆ ਪਾਈ ਉਰਲਾ ਕੋਈ ਕਰਮ ਜਾਗ ਪਵੇ ਤੇ ਬਾਈ ਮਹਾਂਪੁਰਸ਼ਾਂ ਨਾਲ ਸੰਗਤ ਬਣ ਜਾਂਦੀ
ਤੇ ਮਹਾਂਪੁਰਸ਼ ਜੋੜ ਦਿੰਦੇ ਹਨ ਬਈ ਕਿਹਨਾਂ ਨਾਲ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨਾਲ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨਾਲ ਬਈ ਜੋੜ ਕੇ ਫਿਰ ਗੁਰੂ ਕੋਲੋਂ ਕਿਹੜੀ ਦਾਤ ਲੈ ਦਿੰਦੇ ਹਨ? ਝੋਲੀ ਵਿੱਚ ਨਾਮ ਦੀ ਦਾਤ। ਸੰਤਨ ਮੁਖ ਪੂੰਜੀ ਸੌਂਪੀ, ਤੋ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੇਗੋ, ਜੋ ਫਾਟਿਓ ਸਗਲੋ ਲੇਖਾ। ਭਾਈ ਧਰਮ ਰਾਜ ਵੀ ਕੀ ਕਰ ਸਕਦਾ ਜੇ ਮਹਾਂਪੁਰਸ਼ ਤੁੱਠ ਪੈਣ, ਕਾਗਜ਼ ਹੀ ਪਾੜ ਦੇਣ। ਮਹਾਂਪੁਰਸ਼ ਬਾਬਾ ਆਨੰਦ ਸਿੰਘ ਜੀ ਕਈ ਵਾਰ ਬਚਨ ਕਰਦੇ ਸਨ, ਬਾਈ ਉਹਨਾਂ ਦੇ ਕਾਗਜ਼ ਪਾੜ ਦਿੰਦਾ ਧਰਮ ਰਾਜ। ਕਿਹਨਾਂ ਦੇ? ਜਿਹਨਾਂ ਦੀਆਂ ਹਾਜ਼ਰੀਆਂ ਗੁਰੂ ਨਾਨਕ ਦੇ ਰਜਿਸਟਰ ਤੇ ਲੱਗ ਜਾਂਦੀਆਂ, ਜਿਹਨਾਂ ਦਾ ਨਾਮ ਗੁਰੂ ਨਾਨਕ ਦੇ ਰਜਿਸਟਰ ਤੇ ਚੜ੍ਹ ਜਾਂਦਾ। ਕਿਹਨਾਂ ਦਾ ਨਾਮ ਚੜ੍ਹ ਜਾਂਦਾ? ਵੀ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਇੱਕ ਜਪਜੀ ਸਾਹਿਬ ਦਾ ਪਾਠ ਰੋਜ਼ ਕਰਦੇ ਹਨ, ਗੁਰੂ ਨਾਨਕ ਦੇ ਘਰ ਹਾਜ਼ਰੀ ਲਵਾ ਲੈਂਦੇ। ਆ ਬੱਚਾ ਸਕੂਲ ਜਾਂਦਾ, ਰੋਜ਼ ਹਾਜ਼ਰੀ ਲੱਗ ਜਾਂਦੀ ਹੈ। ਜੇ ਪੜ੍ਹ ਜਾਵੇਗਾ ਸਾਲ ਬਾਅਦ ਪਾਸ ਹੋ ਜਾਵੇਗਾ, ਨਹੀਂ ਪੜ੍ਹੇਗਾ ਸਾਲ ਬਾਅਦ ਫੇਲ ਹੋ ਜਾਵੇਗਾ, ਪਰ ਉਹਦੀ ਹਾਜ਼ਰੀ ਰੋਜ਼ ਲੱਗ ਰਹੀ ਹੈ ਕਿਉਂਕਿ ਰੋਜ਼ ਸਕੂਲ ਜਾ ਰਿਹਾ। ਮਹਾਂਪੁਰਸ਼ ਕਹਿੰਦੇ ਸਨ ਬਾਈ ਜੇ ਨਿਤਨੇਮ ਕਰੇਗਾ ਪਾਸ ਹੋ ਜਾਵੇਗਾ, ਸੁਖਮਨੀ ਦੀ ਬਾਣੀ ਪੜ੍ਹੇਗਾ ਡਿਗਰੀ ਹਾਸਲ ਕਰ ਜਾਵੇਗਾ, ਤੇ ਜੇ ਇੱਕ ਪਾਠ ਜਪਜੀ ਸਾਹਿਬ ਦਾ ਵੀ ਰੋਜ਼ ਕਰਦਾ ਤੇ ਗੁਰੂ ਨਾਨਕ ਦੇ ਰਜਿਸਟਰ ਤੇ ਤੇਰਾ ਨਾਮ ਤੇ ਰੋਜ਼ ਚੜ੍ਹ ਰਿਹਾ ਨਾ ਬਈ, ਹਾਜ਼ਰੀ ਤੇ ਰੋਜ਼ ਲੱਗ ਜਾਂਦੀ ਹੈ। ਧਰਮ ਰਾਜ ਜਦੋਂ ਹਿਸਾਬ ਕਿਤਾਬ ਕਰੇਗਾ, ਬਈ ਖਾਤਾ ਤੇਰਾ ਤੱਕੇਗਾ, ਰੋਜ਼ ਹਾਜ਼ਰੀਆਂ ਲੱਗੀਆਂ ਤੇ ਧਰਮ ਰਾਜ ਕਾਗਜ਼ ਪਾੜ ਦੇਵੇਗਾ। ਧਰਮ ਰਾਏ ਦਰ ਕਾਗਜ਼ ਫਾੜੇ, ਜਨ ਨਾਨਕ ਲੇਖਾ ਸਮਝਾ। ਬਈ ਤੇਰਾ ਹਿਸਾਬ ਕਿਤਾਬ ਤੇਰਾ ਗੁਰੂ ਨਾਨਕ ਕਰੇਗਾ, ਮੈਂ ਤੇਰਾ ਹਿਸਾਬ ਕਿਤਾਬ ਨਹੀਂ ਕਰ ਸਕਦਾ, ਤੇਰੀਆਂ ਰੋਜ਼ ਦੀਆਂ ਹਾਜ਼ਰੀਆਂ ਹਨ ਬਈ। ਬਸ ਕੋਈ ਪੂਰਨ ਮਹਾਂਪੁਰਸ਼ ਮਿਲ ਜਾਵੇ, ਪੂਰੇ ਮਹਾਂਪੁਰਸ਼ ਨਾਲ ਰਿਸ਼ਤੇਦਾਰੀ ਪੈ ਜਾਵੇ ਨਾ, ਸਤਸੰਗਤ ਦੀ ਰਿਸ਼ਤੇਦਾਰੀ, ਰੋਜ਼ ਗੁਰੂ ਦੀ ਗੋਦ ਵਿੱਚ ਜੁੜ ਕੇ ਮਾਲਕ ਦੇ ਗੀਤ ਗਾਉਣੇ ਬਈ, ਤੇ ਕਿਉਂ ਨਹੀਂ ਭਾਗਾਂ ਵਾਲੇ ਉਹ ਜੀਵ ਹੋਣਗੇ। ਮਹਾਂਪੁਰਸ਼ ਬਾਬਾ ਆਨੰਦ ਸਿੰਘ ਜੀ ਇੱਕ ਵਾਰ ਬਾਗਾ ਪਿੰਡ ਗਏ, ਸੰਗਤ ਨੇ ਬੜੀ ਸੇਵਾ ਕੀਤੀ, ਤਨ ਮਨ ਧਨ ਨਾਲ ਸੇਵਾ, ਤੇ ਮਹਾਂਪੁਰਸ਼ ਤੁੱਠ ਪਏ, ਤੁੱਠ ਕੇ ਇੱਕ ਬਚਨ ਕਹਿ ਦਿੱਤਾ। ਮਹਾਂਪੁਰਸ਼ ਕਹਿਣ ਲੱਗੇ ਬਈ ਬਾਗਾਂ ਵਾਲੇ ਭਾਗਾਂ ਵਾਲੇ, ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ, ਬਾਗਾਂ ਵਾਲੇ ਭਾਗਾਂ ਵਾਲੇ। ਇਹ ਤੁੱਠ ਕੇ ਬਚਨ ਕਹਿ ਦਿੱਤਾ ਬਈ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਬਾਗਾਂ ਵਾਲਿਆਂ ਨੇ ਤਨ ਮਨ ਨਾਲ ਕੀਤੀ, ਬੜੀ ਸ਼ਰਧਾ ਨਾਲ ਭਾਗਾਂ ਵਾਲੇ ਇਹ ਬਚਨ ਤੇ ਕਿਹਾ। ਤੇ ਕੁਝ ਪਲ ਬਾਅਦ ਹੀ ਧੰਨ ਧੰਨ ਮਹਾਂਪੁਰਸ਼ ਬਾਬਾ ਆਨੰਦ ਸਿੰਘ ਜੀ ਬਾਬਾ ਉੱਤਮ ਸਿੰਘ ਨੂੰ ਬੁਲਾਇਆ, ਬਈ ਉੱਤਮ ਸਿੰਘ ਉਹ ਬਾਗਾਂ ਵਾਲੇ ਤੇ ਭਾਗਾਂ ਵਾਲੇ ਹੋ ਗਏ, ਪਰ ਬਾਗਾਂ ਵਿੱਚ ਰਹਿਣ ਵਾਲਾ ਇੱਕ ਸੇਠ ਹੈ ਪ੍ਰੇਮ ਚੰਦ, ਬਈ ਉਹ ਨਿਭਾਗਾ ਰਹਿ ਗਿਆ ਤੁਹਾਡੇ ਪਿੰਡ ਵਿੱਚ, ਨਿਭਾਗਾ ਰਹਿ ਗਿਆ। ਜਾ ਬਾਈ ਉਸ ਸੇਠ ਨੂੰ ਕਹਿ ਜੇ ਭਾਗਾਂ ਵਾਲਾ ਬਣਨਾ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕਮਰਾ ਤਿਆਰ ਕੀਤਾ, ਤੇ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਦੇ ਅੰਦਰ ਜੇ ਉਹਦੀ ਮਾਇਆ ਨਾਲ ਕਲੀ ਚੂਨਾ ਹੋ ਜਾਵੇ ਨਾ, ਤੇ ਭਾਗਾਂ ਵਾਲਾ ਬਣ ਸਕਦਾ। ਭਾਈ ਉੱਤਮ ਸਿੰਘ ਜੀ ਨੇ ਹੱਥ ਜੋੜੇ, ਜੀ ਉਹ ਨਿਭਾਗਾ ਕਿਵੇਂ ਹੋਇਆ? ਮਹਾਂਪੁਰਸ਼ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ ਕੁਝ ਸਮਾਂ ਪਹਿਲਾਂ ਬੇਦੀ ਸਾਹਿਬ ਗੁਰੂ ਨਾਨਕ ਦੀ ਅੰਸ਼ ਬਾਗਾ ਪਿੰਡ ਵਿੱਚ ਆਏ ਸਨ, ਤੇ ਇਸ ਪ੍ਰੇਮ ਚੰਦ ਨੇ ਕੁਝ ਬੋਲ ਕਬੋਲ ਬੋਲੇ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਤੋਹੀਨ ਕੀਤੀ, ਤੇ ਬੇਦੀ ਸਾਹਿਬ ਦੇ ਮੁੱਖ ਵਿੱਚੋਂ ਨਿਕਲ ਗਿਆ ਸੀ ਉਹ ਤੇਰੀ ਕੁੱਲ ਨਾਸ ਹੋ ਜਾਵੇ। ਬੇਦੀ ਸਾਹਿਬ ਦੇ ਮੁੱਖ ਵਿੱਚੋਂ ਬਚਿਆ ਬਚਨ ਨਿਕਲਿਆ ਉਹ ਤਿੰਨ ਕਾਲ ਸੱਤ ਹੈ, ਬਈ ਤੇਰੀ ਕੁੱਲ ਨਾਸ ਹੋ ਗਏ ਹੋ ਜਾਵੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸ਼ਾਨ ਵਿੱਚ ਬੋਲ ਬੋਲ ਦਿੱਤੇ ਕਬੂਲ। ਭਾਈ ਉੱਤਮ ਸਿਆ ਉਹ ਬੇਦੀ ਸਾਹਿਬ ਦੇ ਬਚਨ ਕੀਤੇ ਹਨ, ਉਹ ਇੱਕ ਸੱਜਣ ਹੈ ਜੋ ਨਿਭਾਗਾ ਹੈ, ਜਾ ਜੇ ਉਹਨੂੰ ਕਹਿ ਬਾਈ
ਜੇ ਕੁਝ ਮਾਇਆ ਨਾਲ ਕਲੀ ਚੂਨਾ ਆ ਜਾਵੇ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੰਦਰ ਕਲੀ ਕਰ ਦਈਏ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਖਸ਼ਿਸ਼ ਹੋ ਜਾਵੇ, ਉਹਦੀ ਕੁੱਲ ਚਮਕ ਜਾਵੇ। ਜੋ ਬੇਦੀ ਸਾਹਿਬ ਨੇ ਕਿਹਾ ਸੀ ਤੇਰੀ ਕੁੱਲ ਨਾਸ ਹੋ ਜਾਵੇ, ਅਸੀਂ ਚਾਹੁੰਦੇ ਹਾਂ ਕਿ ਉਹ ਬਾਗਾਂ ਵਾਲੇ ਪਿੰਡ ਵਿੱਚ ਰਹਿਣ ਵਾਲਾ ਪ੍ਰੇਮ ਚੰਦ ਉਹਦੀ ਧਨ ਦੇ ਨਾਲ ਜੇ ਕਮਰਾ ਕਲੀ ਹੋ ਜਾਵੇ ਤੇ ਉਹਦੀ ਕੁੱਲ ਵੀ ਚਮਕ ਜਾਵੇ। ਭਾਈ ਉੱਤਮ ਸਿੰਘ ਗਿਆ ਬਾਈ ਪ੍ਰੇਮ ਚੰਦ, ਆ ਮਹਾਂਪੁਰਸ਼ਾਂ ਨੇ ਬਚਨ ਕਿਹਾ ਤੇ ਪ੍ਰੇਮ ਚੰਦ ਮਾਇਆ ਧਾਰੀ ਹੋ ਚੁੱਕਾ ਸੀ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬਹੁ ਰੋਲ ਕਚੋਲਾ। ਮਾਇਆ ਸਿਰ ਤੇ ਰੱਖ ਲਈ ਜਾਵੇ ਤੇ ਮਾਇਆ ਧਾਰੀ ਬਣ ਜਾਂਦਾ, ਕੰਨਾਂ ਤੋਂ ਸੁਣਨ ਨੂੰ ਵੀ ਬੋਲਾ ਹੋ ਜਾਂਦਾ, ਵੇਖਣ ਨੂੰ ਵੀ ਅੰਨਾ ਹੋ ਜਾਂਦਾ, ਪਛਾਣ ਨਹੀਂ ਆਉਂਦੀ ਮੇਰੀ ਧੀ ਹੈ ਮੇਰੀ ਭੈਣ ਹੈ, ਬਾਣੀ ਚੰਗੀ ਨਹੀਂ ਲੱਗਦੀ। ਭਾਈ ਉੱਤਮ ਸਿੰਘ ਜੀ ਨੇ ਜਾ ਬੇਨਤੀ ਕੀਤੀ ਤੇ ਸੇਠ ਪ੍ਰੇਮ ਚੰਦ ਕਹਿਣ ਲੱਗਾ, ਬਾਈ ਮੇਰੇ ਪਾਸ ਹੀ ਮਹਾਂਪੁਰਸ਼ਾਂ ਨੇ ਭੇਜਣਾ ਸੀ ਮਾਇਆ ਲੈਣ ਵਾਸਤੇ, ਹੋਰ ਦੁਨੀਆ ਥੋੜੀ ਹੈ, ਕਿਸੇ ਹੋਰ ਕੋਲੋਂ ਮਾਇਆ ਲੈ ਲੈ ਬਾਈ, ਕਲੀ ਕਮਰਾ ਹੀ ਕਲੀ ਕਰਨਾ ਨਾ। ਭਾਈ ਉੱਤਮ ਸਿੰਘ ਜੀ ਵਾਪਸ ਆ ਗਏ, ਬਾਬਾ ਜੀ ਉਸਨੇ ਤੇ ਆਹ ਬੋਲ ਕਹਿ ਦਿੱਤੇ ਹਨ, ਬਈ ਹੋਰ ਸੇਠ ਥੋੜੇ ਹਨ। ਬਾਬਾ ਨੰਦ ਸਿੰਘ ਜੀ ਕਹਿਣ ਲੱਗੇ, ਬਾਈ ਉਹ ਨਿਭਾਗਾ ਸੀ ਨਿਭਾਗਾ ਹੀ ਰਹਿ ਗਿਆ, ਅਸੀਂ ਤਾਂ ਚਾਹੁੰਦੇ ਸਾਂ ਕਿ ਕੁਝ ਧਨ ਉਹ ਦਿੰਦਾ ਸੇਵਾ ਕਰ ਲੈਂਦਾ, ਕਲੀ ਹੋ ਜਾਂਦੀ ਉਹਦਾ ਕੁੱਲ ਚਮਕ ਜਾਂਦੀ। ਚਲੋ ਜੇ ਨਹੀਂ ਉਹਦੀ ਕਿਸਮਤ, ਮਹਾਂਪੁਰਸ਼ ਕਹਿਣ ਲੱਗੇ ਲਿਆਓ ਬਾਈ, ਹੁਕਮ ਕਰ ਦਿੱਤਾ, ਕਲੀ ਆ ਗਈ, ਕਮਰਾ ਕਲੀ ਹੋ ਗਿਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ। ਪਰ ਕੁਝ ਦਿਨ ਉਸ ਪਰਿਵਾਰ ਨੂੰ ਪਤਾ ਲੱਗਾ, ਪਛੋਤਾਪ ਕਰਨ ਲੱਗੇ, ਸਾਰਾ ਪਰਿਵਾਰ ਮਹਾਂਪੁਰਸ਼ਾਂ ਦੇ ਚਰਨ ਫੜ ਲਏ, ਮਹਾਂਪੁਰਸ਼ੋ ਕਿਰਪਾ ਕਰੋ ਭੁੱਲ ਗਏ ਹਾਂ। ਬਾਬਾ ਜੀ ਕਹਿਣ ਲੱਗੇ, ਬਈ ਅਸੀਂ ਆਪਣੇ ਵਾਸਤੇ ਪੈਸੇ ਨਹੀਂ ਮੰਗਾਏ ਸਨ, ਤੇਰੇ ਧਨ ਨਾਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਕਮਰੇ ਨੂੰ ਕਲੀ ਕਰਨੀ ਸੀ, ਚਾਹੁੰਦੇ ਸਾਂ ਤੇਰੀ ਕੁੱਲ ਚਮਕ ਜਾਵੇ। ਮਹਾਂਪੁਰਸ਼ ਬੇਦੀ ਸਾਹਿਬ ਦਾ ਇੱਕ ਬਚਨ ਬੋਲਿਆ ਹੋਇਆ, ਉਹ ਬੋਲ ਬੋਲੇ ਹੋਏ ਸਨ ਕਿ ਉਹ ਸੇਵਾ ਕਰਕੇ ਹੀ ਤੇਰਾ ਪਾਰ ਉਤਾਰਾ ਹੋ ਜਾਵੇ, ਚਰਨ ਫੜ ਲੈ। ਮਹਾਂਪੁਰਸ਼ ਕਹਿਣ ਲੱਗੇ, ਬਈ ਸਮਾਂ ਲੰਘ ਗਿਆ, ਸੇਵਾ ਕਰੋ, ਵਕਤ ਆਵੇਗਾ, ਕੋਈ ਮਹਾਂਪੁਰਸ਼ ਆਵੇਗਾ, ਰੇਖ ਵਿੱਚ ਮੇਖ ਮਾਰ ਜਾਵੇਗਾ। ਸਮਾਂ ਪਿਆ, ਮਹਾਂਪੁਰਸ਼ ਬਾਬਾ ਈਸ਼ਰ ਸਿੰਘ ਜੀ ਦੇ ਪਾਸ ਵੀ ਉਹ ਪਰਿਵਾਰ ਆਇਆ ਤੇ ਮਹਾਂਪੁਰਸ਼ਾਂ ਨੇ ਅੱਜ ਬਾਂਹ ਫੜ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ ਨਾਲ ਜੋੜ ਦਿੱਤਾ, ਬਈ ਰੋਜ਼ ਇੱਕ ਪਾਠ ਜਪਜੀ ਸਾਹਿਬ ਦਾ ਕਰੇਗਾ, ਗੁਰੂ ਨਾਨਕ ਬਖਸ਼ਿਸ਼ ਕਰੇਗਾ, ਤੇਰੀਆਂ ਕੁਲਾਂ ਦਾ ਉਧਾਰ ਹੋ ਜਾਵੇਗਾ। ਬਈ ਪੂਰਨ ਮਹਾਂਪੁਰਸ਼ ਮਿਲ ਜਾਵੇ, ਸਾਧੂ ਨਾਲ ਰਿਸ਼ਤੇਦਾਰੀ ਬਣ ਜਾਵੇ ਤੇ ਸਾਧੂ ਫਿਰ ਕਿਹੜੀ ਬਖਸ਼ਿਸ਼। ਸੰਤਨ ਮੁਕ ਪੂੰਜੀ ਸੌਂਪੀ ਤਾਂ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੇਗੋ ਜੋ ਫਾਟਿਓ ਸਗਲੋ ਲੇਖਾ। ਸੰਤਨ ਮੋਕ ਪੂੰਜੀ ਸੌਂਪੀ ਤਾਂ ਉਤਰਿਆ ਮਨ ਕਾ ਧੋਖਾ, ਤਾਂ ਉਤਰਿਆ ਮਨ ਕਾ ਧੋਖਾ, ਉਤਰਿਆ ਮਨ ਕਾ ਧੋਖਾ। ਸੰਤਨ ਮੋਕ ਪੂੰਜੀ ਸੌਂਪੀ ਤਾਂ ਉਤਰਿਆ ਮਨ ਕਾ ਧੋਖਾ, ਤਾਂ ਉਤਰਿਆ ਮਨ ਕਾ ਧੋਖਾ, ਉਤਰਿਆ ਮਨ ਕਾ ਧੋਖਾ। ਧਰਮ ਰਾਏ ਅਬ ਕਹਾਂ ਕਰੇ ਗੋ ਜੋ ਫਾਟਿਓ ਸਗਲੋ ਲੇਖਾ, ਜੋ ਫਾਟਿਓ ਸਗਲੋ ਲੇਖਾ, ਜੋ ਫਾਟਿਓ ਸਗਲੋ ਲੇਖਾ, ਜੋ ਫਾਟਿਓ ਸਗਲੋ ਲੇਖਾ। ਹਮ ਸੰਤਨ ਸੋ ਬਣਿਆਈ ਬਣਿਆਈ ਬਣਿਆਈ, ਹਮ ਸੰਤਨ ਸੋ ਬਣਿਆਈ ਬਣਿਆਈ ਬਣਿਆਈ। ਪੂਰਬ ਲਿਖਿਆ ਪਾਈ ਏ ਮਨ ਤੇਰਾ ਪਾਈ, ਪੂਰਬ
ਸਿੱਖਿਆ ਪਾਈ ਏ ਮਨ ਤੇਰਾ ਪਾਈ ਰੱਬ ਲਿਖਿਆ ਪਾਈ ਏ ਮਨ ਤੇਰਾ ਪਾਈ ਹਮ ਸੰਤਨ ਸੋ ਬਣ ਆਈ ਬਣ ਆਈ ਬਣ ਆਈ ਹਮ ਸੰਤਨ ਸੋ ਬਣ ਆਈ ਬਣ ਆਈ ਬਣ ਆਈ ਆਨੰਦ ਪਏ ਸੁਖ ਪਾਇਆ ਸੰਤਨ ਕੇ ਪ੍ਰਸਾਦੇ ਸੰਤਨ ਕੇ ਪ੍ਰਸਾਦੇ ਸੰਤਨ ਕੇ ਪ੍ਰਸਾਦੇ ਮਹਾ ਆਨੰਦ ਪਏ ਸੁਖ ਪਾਇਆ ਸੰਤਨ ਕੇ ਪ੍ਰਸਾਦੇ ਹਰ ਸੋ ਮਨ ਮਾਨਿਆ ਰੰਗ ਰਤੇ ਬਿਸਮਾ ਦੇ ਰੰਗ ਰਤੇ ਬਿਸਮਾ ਦੇ ਰੰਗ ਰਤੇ ਬਿਸਮਾ ਦੇ ਰੰਗ ਰਤੇ ਬਿਸਮਾ ਦੇ ਹਮ ਸੰਤਨ ਸੋ ਬਣ ਆਈ ਬਣ ਆਈ ਬਣ ਆਈ ਹਮ ਸੰਤਨ ਸੋ ਬਣ ਆਈ ਬਣ ਆਈ ਬਣ ਆਈ ਪੂਰਬ ਲਿਖਿਆ ਪਾਈ ਏ ਮਨ ਤੇਰਾ ਪਾਈ ਪੂਰਬ ਲਿਖਿਆ ਪਾਈ ਏ ਮਨ ਤੇਰਾ ਪਾਈ ਪੂਰਬ ਲਿਖਿਆ ਪਾਈ ਏ ਮਨ ਤੇਰਾ ਪਾਈ ਰੱਬ ਲਿਖਿਆ ਪਾਈ ਏ ਮਨ ਤੇਰਾ ਪਾਈ ਸੰਤਨ ਸੋ ਬਣ ਆਈ ਬਣ ਆਈ ਬਣ ਆਈ ਹਮ ਸੰਤਨ ਸੋ ਬਣ ਆਈ ਬਣ ਆਈ ਬਣ ਆਈ ਸਤਨਾਮ ਵਾਹਿਗੁਰੂ 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 ਸਤਨਾਮ 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 ਵਾਹਿਗੁਰੂ ਸੰਤਨ ਸੋ ਬਣ ਆਈ ਬਣ ਆਈ ਬਣ ਆਈ ਹਮ ਸੰਤਨ ਸੋ ਬਣ ਆਈ ਬਣ ਆਈ ਬਣ ਆਈ ਹਮ ਸੰਤਨ ਸੋ ਬਣ ਆਈ ਬਣ ਆਈ ਬਣ ਆਈ ਹਮ ਸੰਤਨ ਸੋ ਬਣ ਆਈ ਬਣ ਆਈ ਬਣ ਆਈ